तेन सुने चल जाए शुक्र सिखा असी दफ्तर का सारा डिसिपलिन बदलना तुहाडे वाला सिस्टम सारा खत्म हो डॉन फायर मरवा दे मैं अगे खड़ा वा गड्डी लैन सर मैं सिर्फ तू नगाना वा ਜਿਹੜਾ ਸੀਨੀਅਰ ਹੋਵੇ ਜੂਨੀਅਰ ਹੋਵੇ ਕਿਸੇ ਨੂੰ ਨਾ ਗੱਡੀ ਅੱਗੇ ਨੂੰ ਲਿਆਉਣ ਦੇਣੀ ਮੈਂ ਕਹਿੰਦਾ ਆਉਣੇ ਨੇ ਦੇਣੀ ਆ ਬਾਲੇ ਫੜੇ ਆ ਨਾ ਅਸੀਂ ਉਹ ਉੱਥੇ ਖੜੇ ਹੋਇਆ ਦਰਵਾਜ਼ੇ ਮੋਰੇ ਇਹਨਾਂ ਦੇ ਆਉਣ ਦਾ ਟਾਈਮ ਹੋ ਗਿਆ ਵਾ ਤੇ ਟਾਈਮ ਨਾ ਆਰਡਰ ਰੱਖਣਾ ਇਹਨਾਂ ਦੇ ਟਾਈਮ ਵੀ ਲਿਖਣਾ ਵਾ ਇਹਨਾਂ ਦਾ ਇਹ ਕਿੰਨੇ ਕਿੰਨੇ ਵਜੇ ਆ ਰਹੇ ਆ ਮੈਂ ਸਾਰਿਆਂ ਦਾ ਟਾਈਮ ਉਹ ਬਾਹਰ ਦੇਖ ਕੌਣ ਆਇਆ ਇਹ ਕੀ ਹੋ ਰਿਹਾ ਇੱਥੇ ਲਿਆ ਤੁਹਾਨੂੰ ਕੀ ਹੋ ਰਿਹਾ ਇੱਥੇ ਲਿਆ ਗੱਡੀ नवे बने चलो मिनट मारो टाइम टाइम देखो की टाइम दस छे बजे चलो जाओ सारे सीधे करने जिथे दिल करना ना उथे गड्डी नहीं लगन देनी लैन सिर गड्डी लवानी है ठीक है नाले उन्हां ने एक ए भी गल कही जिन्ने बजे भी कोई आ रहा ना भावे सीनियर आ भावे जूनियर आ उहदा टाइम नोट करना सिफारिश नहीं किसी की भी पानी है की इतने रोक दे यार ओ पिछे करके ला मेरे गड्डी ओ पिछे करके ला गड्डी सीधी करके लाओ ओ पिछे लवा पिछे थोड़ी जी गड्डी अगे कर हैंडल कर थोड़ा जा भाई टायर पार ना ही की हो गया नहीं यार पार ना टायर एक ओ ना यार देखो हुन लो क्या सही है ओके दिवा जा साइड लाग रहण दे इथे कड़ा चोरी हो जानी यार असी पागल वा यार साइड ते लाई भी तो बस ठीक है साइड ते लाग के 7 इंच ते गड्डी लगनी सी तेरी मेरी गड्डी चो तेल तू नी विचों चोरी होवे हां अगे बड़ा बाहर डुलण डया भी लोकी सिग्नल लाउण डए ए डोन मैं गैन मने चो तेल बहुत हुंदा वा तेल ना कोई कड्डे अगे किन्ना क चोरी होया तेरा तेल इथे ए दस पहले तू अदारा साडा चोर समझया इथे यार कोई पता लगदा एदा निकलदा रहंदा तेल डोलदा रहंदा वा पता लगण ता डया वा 6 बजे ता तुसी आउण डए या 2 बजे ता टाइम दित्ता होर किन्ना को पता लवाउणा 6 बजे दा ही उहनां ने किया हां बस गड्डी ਸੁਲੇਮਾਨ ਸਾਹਿਬ ਦੀ ਗੱਡੀ ਉਹ ਬੜੀ ਸ਼ੋਖੀ ਨਾ ਉਹ ਛਾਵੇਂ ਲੈ ਗਏ ਸੀ ਐ ਸੋਟੀ ਨਾਲ ਪਿੱਛੇ ਕਰਾਈ ਆ ਉਹਨਾਂ ਕੋ ਵੀ ਹਕੂਕ ਖੋ ਹੋ ਗਿਆ ਉਹਨੇ ਕਿਹਾ ਵਾ ਭਾਈ ਨੇ ਕਿਹਾ ਕਿ ਇਮਲੀ ਸਾਹਿਬ ਗੱਡੀਆਂ ਵੀ ਤੁਸੀਂ ਲਵਾਉਣੀਆਂ ਆਉਣ ਜਾਣ ਦਾ ਟਾਈਮ ਵੀ ਤੁਸੀਂ ਨੋਟ ਕਰਨਾ ਤੁਹਾਨੂੰ ਜਿਹੜਾ ਟਾਈਮ ਕੱਲ ਦਿੱਤਾ ਗਿਆ ਸੀ ਉਹ ਗਲਤ ਹੋ ਗਿਆ ਵਾ ਕੱਲ ਤੋਂ 2 ਵਜੇ ਲਾਸ਼ ਇੱਥੇ ਹੋਵੇ ਅੱਛਾ ਹੀ ਨਹੀਂ ਤੁਸੀਂ ਕਰ ਰਹੇ ਮੈਂ ਤੁਹਾਨੂੰ ਕਹਿ ਰਿਹਾ ਜਨ ਉਹ ਸਾਈਡ ਤੇ ਲੱਗੀ ਗੱਡੀ ਦੇ ਸਾਈਡ ਤੇ ਜਾਂ ਹੋਰ ਕਿੱਥੇ ਲੱਗ ਗਈ ਕਿੱਥੇ ਸਾਈਡ ਤੇ ਇੱਧਰ ਆ ਕਾਰਾਂ ਦੀ ਆਹ ਵਾਲੀ ਜਗ੍ਹਾ ਵਾ ਤੇ
ਅਸੀਂ ਦਫ਼ਤਰ ਦਾ ਸਾਰਾ ਡਿਸਿਪਲਿਨ ਬਦਲਣਾ, ਤੁਹਾਡੇ ਵਾਲਾ ਸਿਸਟਮ ਸਾਰਾ ਖਤਮ ਹੋ ਜਾਣਾ। ਤੁਸੀਂ ਆਪਣਾ ਨਹੀਂ ਬਦਲ ਸਕਦੇ, ਤੁਸੀਂ ਕੀ ਦਫ਼ਤਰ ਦਾ ਬਦਲ? ਚਲੋ ਅਸੀਂ ਦਫ਼ਤਰ ਦਾ ਤਾਂ ਬਦਲਾਂਗੇ ਨਾ ਯਾਰ। ਡੋਨ ਤੂੰ ਇਹਦਾ ਕਰਕੇ ਤੂੰ ਵੀ ਮੇਰੇ ਨਾਲ ਇਦਾਂ ਕਰ ਰਿਹਾ ਵਾ। ਭਾਜੀ ਉਸਤਾਦ ਜੀ ਦਾ ਹੁਕਮ ਆ, ਤੂੰ ਅੱਧੀ ਜ਼ਬਾਨ ਨਾਲ ਚਾਬੀ ਮੰਗਦਾ, ਤੈਨੂੰ ਮੈਂ ਕਦੀ ਨਾ ਕੀਤੀ। ਭਾਜੀ ਉਸਤਾਦ ਜੀ ਨੇ ਕਿਹਾ ਵਾ ਹਾਂ, ਜਿਹੜਾ ਉਹਨਾਂ ਦਾ ਹੁਕਮ ਹੋਣਾ ਉਹੀ ਚੱਲਣਾ ਇੱਥੇ। ਉਹਨਾਂ ਨੇ ਕਿਹਾ? ਬਿਲਕੁਲ ਕਿਹਾ। ਲਾਤੀ ਗੱਡੀ ਸਾਹਿਬ ਜੀ ਲਵਾਤੀ ਆ, ਪਰਚੀ ਦੇ, ਪੈਸੇ ਤੁਹਾਨੂੰ ਮੈਂ ਦੇਣਾ। ਹਾਂ, ਗੱਡੀ ਨੂੰ ਮੇਰੀ ਨੂੰ ਕੁਝ ਹੋਇਆ ਤੇ ਫੇਰ ਵੇਖੀ ਪਰਚੀ, ਜਿਹੜਾ ਤੂੰ ਅਲਫਲਾ ਸੈਂਟਰ 'ਚ ਗੱਡੀ ਖਿਲਾ ਰਹੇ ਆ। ਪਰਚੀ ਦੇਵੋ ਨਾ, 20 ਰੁਪਏ ਫੜੋ ਆਪਣਾ। ਆਪਣਾ ਜੇ ਕੰਮ ਤੁਸੀਂ ਸਾਂਭਿਆ ਤੇ ਫਿਰ ਫੜੋ। ਨਹੀਂ ਨਹੀਂ, ਓਏ ਤਾਂ ਜੇਬ 'ਚ ਪਾ। ਕਿਉਂ ਜੇਬ 'ਚ ਪਾ? 8 ਕੈਮਰੇ ਲੱਗੇ, ਕਾਹ ਤੋਂ ਬਸ਼ਰਮਾ ਵਾਲੇ ਕੰਮ ਕਰਦਾ ਹੁੰਦਾ। ਜੇਬ 'ਚ ਪਾ ਤੇ ਸਾਈਡ ਤੇ ਲੈ ਲਓ ਤੁਸੀਂ। ਬਾਹਰ ਜਾ ਕੇ ਪੈਸੇ ਤੇਰੇ ਕੋ ਮੈਂ ਲੈ ਲਾਂਗਾ। ਨਹੀਂ ਮੈਂ ਡੋਨ ਜੀ, ਜੈਨੂਇਨ ਗੱਲ, ਮੇਰੀ ਗੱਡੀ ਨੂੰ ਕੁਝ ਹੋਣਾ ਨਹੀਂ ਯਾਰ। ਤੇਰੀ ਗੱਡੀ ਦਾ ਧਿਆਨ ਮੈਂ ਰੱਖਾਂਗਾ, ਤੂੰ ਰੁਪਈਏ 20 ਬਸ ਮੈਨੂੰ ਦੇਣੇ ਆ। ਛੱਡ ਭਲਾ, ਕਾਹਤੋਂ ਇੰਨਾ ਸਾਈਡ ਤੇ ਲਵਾ ਰਿਹਾ ਗੱਡੀ ਆ? ਕਾਹਤੇ ਪੈਟਰੋਲ ਇਹ ਆਪਣੀ ਗੱਡੀ ਦਾ ਪੂਰਾ ਕਰਦਾ ਵਾ। ਚਲੋ ਕੋਈ ਨਹੀਂ, ਤੁਸੀਂ ਜਿਹੜਾ ਅੱਲਾ ਖੈਰ ਕਰੇ। ਚਲੋ ਵੈਸੇ 20 ਰੁਪਏ ਕਿਹੜੇ ਅੰਦਰ ਰੱਖ ਦੀ ਸਾਹਮਣੇ ਦੇਖੀ ਖੜਾ ਹੋ ਕੇ। ਮੈਂ ਇਹੀ ਲੈਣਾ। ਦੇਖ ਲੈ, ਚਲੋ ਅੱਲਾ ਖੈਰ ਕਰੇ। ਚਲੋ ਤੁਹਾਨੂੰ ਮੈਂ ਦੇਖ ਲੂੰਗਾ, ਵੇਖੀ ਤੇ ਜਾ। ਦੇਖ ਲੈ, ਸਹੀ ਆ ਵੀ ਬਾਹਰ ਆਇਆ, ਦੇਖ ਕੇ ਆਇਓ ਕੌਣ ਆਇਆ। ਕੌਣ ਆ ਆਸਤਾ? ਉਹ ਭਾਈ ਆ ਗਏ ਆ। ਜਿਹੜੀ ਗੱਡੀ ਆਵੇ ਉੱਥੇ ਲਵਾਉਣੀ ਆ। ਗੱਡੀ ਲਵਾਣਾ ਤੂੰ, ਸਟੈਂਡ ਕਾ ਲਵਾਉਣਾ? ਇਹ ਗੱਡੀ ਦਾ ਸਟੈਂਡ ਹੈ। ਮੋਟਰਸਾਈਕਲ ਜਿੱਡਾ ਯਾ ਸਾਈ ਦੇ ਦੇ ਉਹਨੂੰ, ਉੱਥੇ ਲੱਗਣਾ ਉਸਤਾਦ ਜੀ। ਓਏ ਜਾ ਓਏ, ਲੱਗਣ ਬਗੇ ਚੱਲ ਜਾ ਕੰਮ ਕਰ। ਲੈ ਉਸਤਾਦ ਜੀ, ਅਸੀਂ ਤੁਹਾਡੀ ਇੱਜ਼ਤ ਕਰਦੇ ਐ। ਯਾਰ ਇੱਜ਼ਤ ਕਾਦੀ ਕਰਨ ਨੇ ਆ ਤੂੰ? ਯਾਰ ਮੈਂ ਡਿੱਗਣਾ ਵਾ, ਤੈਨੂੰ ਪਤਾ ਨਹੀਂ ਹੈਗਾ। ਉਹ ਭਾਜੀ ਉਹ ਪਤਾ ਕੀ, ਤਾਂ ਤੁਸੀਂ ਲੱਤ ਥੱਲੇ ਲਾ ਲਓ ਆਪਣੀਆਂ। ਤੂੰ ਰਹਿਣ ਦੇ, ਬੰਦ ਕਰ ਦੇ ਇਹਨੂੰ। ਪਤਾ ਕੀ ਉਹ ਕਿਹਾ ਹੋਇਆ ਉਸਤਾਦ? ਉਸਤਾਦ ਜੀ ਦਾ ਹੁਕਮ। ਓ ਯਾਰ ਉਸਤਾਦ ਜੀ ਦਾ ਖਾਮ ਖਾਊਗਾ, ਮੈਂ ਡਿੱਗ ਪਵਾਂ ਯਾਰ। ਤੁਸੀਂ ਲੱਤ ਥੱਲੇ ਲਾ ਲਓ। ਉਹ ਲੱਤ ਥੱਲੇ ਲੱਗਦੀ ਹੁੰਦੀ ਤੇ ਫਿਰ, ਲੇਕਿਨ ਇਹ ਸਟੈਂਡ ਨਹੀਂ ਜਾਣਾ ਜੀ। ਓ ਯਾਰ ਜਾ ਯਾਰ, ਕੰਮ ਕਰ ਯਾਰ। ਸਲਮਾਨ ਭਾਈ, ਓ ਯਾਰ ਸਮਝਾ ਯਾਰ ਇਹਨਾਂ ਨੂੰ। ਸਟੈਂਡ ਕਹਿੰਦੇ ਜੀ ਉਧਰ ਲਾਣਾ ਵਾ ਯਾਰ। ਯਾਰ ਮੋਟਰਸਾਈਕਲ ਭਾਈ, ਮੋਟਰਸਾਈਕਲ ਚਾਹੇ ਭਾਈ ਸਾਹਿਬ, ਸਾਡੇ ਬੰਦੇ ਪਾਗਲ ਹੋ ਗਏ ਤੁਸੀਂ। ਓਏ ਰਹਿਣਾ ਯਾਰ, ਜਰਾ ਸਾਈਡ ਤੇ ਹੋ ਯਾਰ, ਚਮਲਾ ਮਾਰਨ ਦੇ ਹੈਗੇ ਨੇ ਭਾਈ। ਸਟੈਂਡ ਸਾਈਕਲ, ਮੋਟਰਸਾਈਕਲ ਭਵੇਂ ਨਹੀਂ, ਸਟੈਂਡ ਤਾਂ ਉੱਥੇ ਲੱਗਣਾ ਨਾ। ਗੱਡੀ ਸਟੈਂਡ ਕਿਹੜਾ ਲੱਗਣਾ ਯਾਰ? ਸਟੈਂਡ ਮੈਂ ਸਟੈਂਡ ਲਾ ਕੇ ਡਿੱਗ ਪਵਾਂ? ਤੈਨੂੰ ਉਸਤਾਦ ਨੇ ਕੀ ਕਹਿਤਾ? ਦਫ਼ਤਰ ਬੰਬ ਚਲਾ ਦੇ ਤੂੰ, ਤੂੰ ਦੇਖਦੇ ਤੇ ਬੰਦਾ ਕੌਣ? ਬਗੈਰਤ ਆਦਮੀ, ਮੈਂ ਉਸਤਾਦ ਜੀ ਦਾ ਹੁਕਮ ਮੰਨਾ, ਤੁਹਾਡਾ ਮੰਨਾ। ਚੱਲ ਚੱਲ ਸਰ, ਤੈਨੂੰ ਸੁਣਿਆ ਨਹੀਂ ਹੋਏ, ਚੱਲ ਜਾ। ਅੱਲਾ ਦੀ ਕਿਸਮ, ਸ਼ੁਕਲ ਸੀਗਾ, ਸ਼ੁਕਲ ਵੀ ਨਾ ਕਰਾਂ ਹੁਣ। ਮੈਂ ਉਸਤਾਦ ਜੀ ਦਾ ਹੁਕਮ ਵੀ ਨਾ ਮੰਨਾ, ਕੀ ਹੋ ਗਿਆ ਯਾਰ? ਉਸਤਾਦ ਜੀ ਦਾ ਹੁਕਮ ਨਾ ਮੰਨਾ। ਫਰੀਦ ਆਇਆ? ਫਰੀਦ ਆਇਆ ਨਹੀਂ ਹਲੇ ਭਾਜੀ, ਆਇਆ ਨਹੀਂ ਹਲੇ। ਭਾਈ ਸਾਹਿਬ, ਓ ਯਾਰ ਬੁਲਾਈ ਯਾਰ ਮੇਰਾ, ਕੀ ਹੋ ਗਿਆ? ਤੁਸੀਂ ਆ ਜਾਓ ਯਾਰ, ਇਹਨੂੰ ਹਟਾ ਪਿੱਛੇ ਯਾਰ। ਚੋਣਾ ਮਾਰਨ ਦੇ ਯਾਰ, ਛੋਟੀ ਮੇਰੇ ਬਾਜੀ ਨੂੰ ਨਹੀਂ, ਕਿਵੇਂ ਪਰੇ ਹੋ ਗਿਆ? ਮੈਂ ਨਹੀਂ ਮੰਨਣੀ ਆ ਗੱਲ। ਬੋਲ ਜ਼ਿੰਮੇਦਾਰ ਸੀਗਾ, ਛੋਟੀ ਵੱਜਣ ਦੀ ਮੇਰੀ ਲੱਤ ਤੇ। ਤੈਨੂੰ ਪਤਾ ਨਹੀਂ ਪਲੇਟਾਂ ਮਈਆਂ ਵਾ। ਮੈਂ ਕੀ ਕਰਾਂ?
ਉਸਤਾਦ ਜੀ ਨੇ ਕਿਹਾ ਵਾ ਸਟੈਟ ਹੋਵੇ ਭਾਵੇਂ ਗੱਡੀ ਹੋਵੇ ਲੇਕਿਨ ਇੱਥੇ ਲੱਗਣੀ ਚਾਹੀਦੀ ਅੱਗੇ ਨਹੀਂ ਜਾਣੀ ਚਾਹੀਦੀ ਯਾਰ ਕੀ ਹੋ ਗਿਆ ਤੈਨੂੰ ਸੀਨੀਅਰ ਨੇ ਯਾਰ ਤੈਨੂੰ ਇਹ ਭਾਵੇਂ ਸੀਨੀਅਰ ਹੋਣ ਭਾਵੇਂ ਜੂਨੀਅਰ ਹੋਣ ਲੇਕਿਨ ਮੈਂ ਨਹੀਂ ਜਾਣ ਦੇਣੀ ਅੱਗੇ ਇੱਕ ਮਿੰਟ ਤੈਨੂੰ ਹਾਈ ਸਾਹਿਬ ਵੀ ਕਹਿ ਰਹੇ ਆ ਸਾਰੇ ਕਹਿਣ ਦੇ ਆ ਜਾ ਮੇਰਾ ਪੁੱਤਰ ਮੰਨ ਲੈ ਚੱਲ ਜਾ ਓਏ ਛੱਡ ਪਰਾ ਸੇ ਤੈਨੂੰ ਮੈਂ ਕਹਿ ਰਿਹਾ ਜਾ ਪਰਾ ਹੀ ਹੁੰਦੇ ਨੋਂ ਤੂੰ ਡੌਣ ਛੋਣੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਭਾਰ ਕੋਈ ਤੇਰਾ ਚੱਲ ਜਾ ਕੰਮ ਕਰ ਜੇ ਤੇ ਉਹਦੇ ਦਾ ਲਖੀਰ ਕੱਟ ਕੇ ਖਾ ਮੈਨੂੰ ਫਿਰ ਯਾਰ ਡੌਣ ਇੱਕ ਮਿੰਟ ਹੈ ਭਾਈ ਸਾਹਿਬ ਨੇ ਕੰਮ ਕਸਮ ਪਈ ਇਹ ਗੱਲ ਕੋਈ ਗੱਲ ਨਹੀਂ ਫਿਰ ਅੱਜ ਓਏ ਮੌਲਾ ਦਾ ਵਾਸਤੇ ਹੀ ਤੈਨੂੰ ਇਹ ਮੈਂ ਤੈਨੂੰ ਕਹਿਣ ਨਹੀਂ ਰੱਬ ਪਤਾ ਨਹੀਂ ਕਿਹੜੇ ਕੰਮਾਂ 'ਚ ਰਾਜ਼ੀ ਚੱਲ ਜਾਓ ਅੱਲਾ ਜਾਣਦਾ ਲੜਾਈ ਦਾ ਮੂੰਹ ਕਾਲਾ ਹੀ ਨਹੀਂ ਤਾਂ ਮੈਂ ਤੈਨੂੰ ਦੱਸ ਪਤਾ ਦੇਣਾ ਸੀ ਉਹ ਮੋਟਰਸਾਈਕਲ ਕਰਾਓ ਯਾਰ ਕੀ ਕਰਨ ਜੀ ਬੰਦਾ ਕਰੂ ਦੀ ਵੇਖਣੀ ਤੇ ਵੇਖ ਹੀ ਹਰ ਤੂੰ ਕਿਹਨਾਂ ਵੇਖ ਰਿਹਾ ਸੁਲਮਾਨ ਭਾਈ ਉਹਨੂੰ ਐਸਾ ਜ਼ਰਾ ਜੀ ਇਹਨਾਂ ਨਹੀਂ ਪਤਾ ਲੱਗਦਾ ਪਿਆ ਸੀਨੀਅਰ ਜੂਨੀਅਰ ਭਰਾ ਹੋ ਤੁਸੀਂ ਵੀ ਤੇ ਫੁੱਲ ਓ ਯਾਰ ਮੈਂ ਕੀ ਕੀਤਾ ਵਾ ਤੈਨੂੰ ਇਹ ਅਕਲ ਨਹੀਂ ਹੈ ਕਿ ਕਿਹਨੂੰ ਕਹਿਣਾ ਕਿਹਨੂੰ ਨਹੀਂ ਉਹ ਸੀਨੀਅਰ ਸੀ ਸਾਡੇ ਨਾਲੋਂ ਜਿਹਨੂੰ ਤੂੰ ਖਪਾਉਣ ਡਿਆ ਵਾ ਯਾਰ ਭਾਵੇਂ ਸੀਨੀਅਰ ਸੀਗਾ ਮੈਂ ਉਸਤਾਦ ਜੀ ਦਾ ਹੁਕਮ ਨਹੀਂ ਮੰਨਣਾ ਯਾਰ ਉਸਤਾਦ ਜੀ ਦਾ ਹੁਕਮ ਇਹ ਮੈਂ ਉਸਤਾਦ ਜੀ ਦਾ ਇਹ ਵੀ ਹੁਕਮ ਮੰਨਣਾ ਕਿ ਬੰਦੇ ਤੁੜਾਉਣੇ ਤੂੰ ਇੱਥੋਂ ਭਾਇਆ ਉਸਤਾਦ ਜੀ ਦੇ ਵੀ ਗੱਡੇ ਆਈ ਸਾਈਡ ਤੇ ਹੀ ਲੱਗੇਗੀ ਦੌਣ ਬਦਮਾਸ਼ੀ ਛੱਡ ਉਸਤਾਦ ਜੀ ਦੀ ਗੱਡੀ ਆਈ ਤੇ ਸਾਈਡ ਤੇ ਲੱਗੇਗੀ ਹਲੇ ਬੜੇ ਕੈਰੈਕਟਰ ਆਉਣੇ ਆ ਤੂੰ ਖਿਜਾ ਦੇਣਾ ਸਭ ਨੂੰ ਜਿਹੜਾ ਵੀ ਆਏਗਾ ਇੱਥੇ ਹੀ ਲੱਗੇਗਾ ਤੂੰ ਕੋ ਪੰਗਾ ਪਵਾਏਗਾ ਕੋਈ ਐਵੇਂ ਵਾਧਾ ਘਾਟਾ ਨਾ ਕਰਾ ਦੇ ਕਿਸੇ ਨਾਲ ਜੋ ਹੋ ਜਾਏਗਾ ਦੇਖੀ ਜਾਊਗੀ ਉਸਤਾਦ ਦੀ ਇੰਨੀ ਗੱਲ ਮੰਨਣ ਲੱਗ ਪਿਆ ਤੂੰ ਹੌਸਲੇ ਨਾਲ ਬੋਲ ਥੋੜਾ ਲੜਾਈ ਝਗੜਾ ਚੰਗਾ ਨਹੀਂ ਹੈਗਾ ਇਹ ਸਾਰੇ ਪਿੰਗੇ ਹੋਏ ਆ ਇਹ ਸਿੱਧੇ ਕਰਨੇ ਪੈਣੇ ਆ ਓ ਯਾਰ ਉਸਤਾਦ ਜੀ ਆਪ ਹੀ ਕਰ ਲੈਣਗੇ ਜਿੰਨਾ ਕੁ ਸਾਨੂੰ ਕੰਮ ਕਿਹਾ ਸੀ ਉਨਾ ਕੁ ਕਰਨਾ ਵਾ ਤੇ ਮੈਂ ਉਨਾ ਹੀ ਕਰਨ ਡਿਆ ਬਾਹਰ ਦੇਖ ਕੇ ਆ ਕੌਣ ਫੇਰ ਆ ਗਿਆ ਕੋਈ ਇੱਥੇ ਡੱਕ ਓ ਡੱਕ ਡੱਕ ਗੱਡੀ ਇੱਥੇ ਡੱਕ ਦੇ ਇੱਕ ਮਿੰਟ ਯਾਰ ਓਏ ਇੱਕ ਮਿੰਟ ਓਏ ਕਿੱਧਰ ਨੂੰ ਤੁਰਿਆ ਵਾ ਇੱਥੇ ਹੀ ਆ ਓਏ ਇੱਧਰ ਓਏ 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 ਤੈਨੂੰ ਸੁਣਦਾ ਨਹੀਂ ਹੈਗਾ ਕਾਤੋਂ ਤੂੰ ਏਡਾ ਨੀਲ ਕਪੂਰ ਬਣ ਕੇ ਗੱਡੀ ਅੱਗੇ ਲੈ ਜਾਈ ਜਾਂਦਾ ਸੁਣਦਾ ਨਹੀਂਗਾ ਕੀ ਗੱਲ ਹੋ ਗਈ ਪਿੱਛੇ ਨੂੰ ਲਿਆ ਗੱਡੀ ਅੱਗੇ ਕੀ ਹੋਇਆ ਗੱਡੀ ਅੱਗੇ ਨਹੀਂ ਖੜੀ ਕਰਨੀ ਪਿੱਛੇ ਕਰ ਉੱਥੇ ਚੱਲ ਨੁੱਕਰ 'ਚ ਅੱਗੇ ਸਾਇਆ ਵਾ ਦੱਸਦਾ ਤੈਨੂੰ ਸਾਇਆ ਇਹਦਾ ਵੀ ਆ ਫੜ ਸੋਟਾ ਪਿੱਛੇ ਲਿਆ ਗੱਡੀ ਇੱਧਰ ਪਿੱਛੇ ਚੱਲ ਗੱਡੀ ਮੈਂ ਮਾਰ ਕੇ ਲੈਟਾਂ ਤੋੜ ਦੇਣੀ ਆ ਉੱਥੇ ਕਰ ਗੱਡੀ ਓ ਯਾਰ ਮੈਂ ਡੇਲੀ ਉੱਥੇ ਲਾਉਂਦਾ ਵਾ ਅੱਜ ਨਹੀਂ ਲੱਗਣੀ ਇੱਧਰ ਆ ਅੱਜ ਕੀ ਗੱਲ ਆ ਦੱਸਦੇ ਆ ਤੈਨੂੰ ਉੱਥੇ ਲਾ ਚੱਲ 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 ਮਿੰਟ ਲਾਓ ਕਾਲੀ ਲੀਗ ਤੋਂ ਪਿੱਛੇ ਗੱਡੀ ਲਾ ਕੀ ਗੱਲ ਕਾਲੀ ਲੀਗ ਤੋਂ ਅੱਗੇ ਕੀ ਕਰ ਗੱਡੀ ਲਾ ਤੈਨੂੰ ਕਹਿੰਦੇ ਗੱਡੀ ਲਾ ਉੱਥੇ ਖੱਪ ਨਾ ਪਾ ਇਮਲੀ ਅੱਗੇ ਵੀ ਤੂੰ ਹੀ ਆ ਗੱਡੀ ਮੇਰੀ ਖਰਾਬ ਕੀਤੀ ਹੈ ਨਾ ਕਰ ਇਦਾਂ ਦੀਆਂ ਹਰਕਤਾਂ ਕਰ ਉਹ ਪਿੱਛੇ ਨੂੰ ਆ ਯਾਰ ਇਮਲੀ ਤੈਨੂੰ ਤਾਂ ਪਤਾ ਮੈਂ ਗੱਡੀ ਡੇਲੀ ਉੱਥੇ ਲਾਉਂਦਾ ਵਾ ਯਾਰ ਤੂੰ ਅੱਜ ਇੱਥੇ ਲਾ ਲਾ ਮੁੜ ਕੇ ਭਾਜਣ ਨਾਲ ਗੱਲ ਕਰ ਲਾਂਗੇ ਫਿਰ ਜਿੱਥੇ ਮਰਜ਼ੀ ਲਾ ਲਈ ਅੱਜ ਇੱਥੇ ਲਾ ਗੱਡੀ ਤੂੰ ਭਾਜਣ ਨੂੰ ਜਾ ਕੇ ਦੱਸ ਦੇ ਕਿ ਮੈਂ ਕਹਿੰਦਾ ਉਹ ਤੈਨੂੰ ਮੈਂ ਕਹਿੰਦਾ ਗੱਡੀ ਇੱਥੇ ਲਾ ਤੂੰ ਫੇਰ ਇੱਕ ਵਧੀ ਜਾਣ ਡਿਆ ਗੱਡੀ ਲਾ ਕੱਢ ਜਾ ਵੀ ਚੱਲ ਜਾ ਅਸੀਂ ਆਪੇ ਲਾ ਲਾਂਗੇ ਗੱਡੀ ਖੜੇ ਕਰਕੇ ਦਫਾ ਹੋ ਜਾ ਅੰਦਰ ਚੱਲ 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 ਉਹ ਖੜੀ ਤੈਨੂੰ ਸੁਣਦਾ ਨਹੀਂ ਗਿਆ ਇੱਕ ਦਫਾ ਗੱਡੀ ਇੱਥੇ ਖੜੀ ਕਰਨੀ ਅੱਗੇ ਨਹੀਂ ਜਾਣ ਦੇਣੀ ਗੱਡੀ ਚੱਲ ਸ਼ਾਬਾਸ਼ ਚਲੋ ਉਸਤਾਦ ਜੀ ਗੱਡੀ ਲਾਓ ਉੱਥੇ ਮੈਂ ਲਾ ਲੈਣਾ ਇਹਨੂੰ ਚੱਲ ਦਫਾ ਹੋ ਚੱਲ 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 ਸ਼ਾਬਾਸ਼ ਰਾਤ ਨਵਾਂ ਹੀ ਅਸੂਲ ਤੁਸੀਂ ਬਣਾ ਲਿਆ ਵਾ ਲੈ ਇਹ ਅਸੀਂ ਨਹੀਂ ਬਣਾਇਆ ਉਸਤਾਦ ਜੀ ਨੇ ਬਣਾਇਆ ਚਲੋ ਟਾਈਮ ਦੇ ਕਿੰਨੇ ਵਜੇ ਆਇਆ ਟਾਈਮ ਚੈੱਕ ਕਰ ਕਿੰਨੇ ਵਜੇ ਆਇਆ ਇਹ ਟਾਈਮ ਵੀ ਆਦਾ ਮੈਂ ਲਿਖਦਾ ਹੁਣੇ ਇਹਨਾਂ ਨੇ ਕਿਹੜਾ ਕੰਮ ਫੜਿਆ ਵਾ ਹਰ ਬੰਦਾ ਹੀ ਲੇਟ ਆ ਰਿਹਾ ਇੱਕ ਮਿੰਟ ਐਨ ਹੋ ਰੋਣਾ 17000 ਗੱਡੀ ਤਾਂ ਇੱਥੇ ਲੱਗਣ ਲੱਗੀ ਆ ਕਰੋ ਅੱਛਾ ਬਸ ਠੀਕ ਆ ਆ ਨਾਪ ਇਧਰੋਂ ਓਕੇ ਆ ਬਾਹਰ ਦੇਖ ਕੇ ਆ ਕੌਣ ਓ ਰਾਮਨਾ ਰੁਕੇ ਰੁਕੇ ਰਾਮਨਾ ਦੱਸਦੇ ਆ ਰਾਮਨਾ ਕੀ ਹੋ ਗਿਆ ਤੈਨੂੰ ਅੱਗੇ ਕਰੋ ਥੋੜੀ ਜੀ ਬਸ 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 ਅੱਛਾ ਜੀ ਇੱਥੇ 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 ਉੱਥੇ ਗੱਡੀ ਲਾਓ ਅੱਗੇ ਨਾਕਾ ਲੱਗਾ ਯਾਰ ਤੂੰ ਗੱਡੀ ਉੱਥੇ ਲਾ ਤੂੰ ਹਦਾਇਤਾਂ ਕਰਨੀਆਂ ਸਾਨੂੰ ਇੱਥੇ ਪੀਰਾਂ ਦੀ ਗੱਡੀ ਲੱਗਣੀ ਆ ਯਾਰ ਵੱਧ ਵੱਧ ਕੇ ਨਾ ਗੱਲਾਂ ਕਰ ਇੱਥੇ ਗੱਡੀ ਸਾਈਡ ਤੇ ਇੱਧਰ ਸਾਈਡ ਤੇ ਲਓ ਇਹ ਔਖੇ ਦਾ ਤਾਂ ਹੋਣੇ ਆ ਦੱਸਦੇ ਆ ਕੀ ਔਖੇ ਹੋਣ ਡਏ ਆ ਉੱਥੇ ਗੱਡੀ ਲਾ ਡੌਨ ਉੱਠਿਆ ਤੇ ਕਿਸੇ ਨੇ ਸਪਰੇਅ ਕੀਤੀ ਇੱਥੇ ਭੱਜੀ ਜਾਣ ਡਿਆ ਵਾ ਕੀ ਹੋਇਆ ਇਹ ਅਸੂਲ ਚੇਂਜ ਹੋ ਗਏ ਸਾਰੇ ਤੇਰੇ ਆਉਣ ਨਾਲ ਹੀ ਸਾਰੇ ਅਸੂਲ ਚੇਂਜ ਹੋਇਆ ਇੱਕ ਤਾਂ ਹੁਣ ਕੀ ਹੋਇਆ ਵਾ ਅਸੂਲਾ ਯਾਰ ਹੱਥ ਕਾ ਤਾਂ ਲਾਉਂਦੇ ਆ ਪਰੇ ਹੋ ਗਏ ਕੀ ਚਾਂਦੀ ਦੀ ਆ ਓ ਇੱਥੇ ਗੱਡੀ ਲਾ ਆ ਗੱਡੀ ਰਕੇ ਤੋਈ ਕੀ ਹਰਕਤ ਤੇਰੀ ਟਾਈ ਨੂੰ ਛੇੜਤਾ ਇੱਥੇ ਲਾ ਗੱਡੀ ਲਾ ਟਾਈਮ ਦੇਖਣ ਨਾਲ ਡਾਊਨ ਕਿੰਨੇ ਵਜੇ ਐਂਟਰੀ ਹੋਈ ਇਹਦੀ ਆ 7 ਵਜੇ ਹੋਣ ਡਈ ਆ ਬੰਦੇ ਨੇ ਕੋਈ ਪੜ੍ਹਾਈ ਵੀ ਕਰਨੀ ਹੁੰਦੀ ਤੂੰ ਹੱਥ ਲਈ ਜਾਣ ਮੇਰੇ ਕੱਪੜੇ ਵਾਲੂ ਨਾ ਇਹ ਮੈਂ ਤੁਹਾਨੂੰ ਦੱਸਾਂ ਐਮਲੀ ਕਿਉਂ ਕੋ ਘਰੋਂ ਗੰਦੇ ਪਾ ਕੇ ਆਇਆ ਤੇਰਾ ਲਿਆਉਂਦਾ ਟੈਨਸ਼ਨ ਆ ਤੇਰੇ ਕੋਈ ਕੋਈ ਸੂਟ ਆ ਤੂੰ ਮੇਰੇ ਨਾਲ ਆਇਆ ਮੈਨੂੰ ਪਤਾ ਸਾਰਾ 7:05 ਵਜੇ ਤੂੰ ਆਇਆ 7:05 ਵਜੇ ਤੂੰ ਆਇਆ ਗੱਡੀ ਇੱਥੇ ਸਾਈਡ ਤੇ ਲਾ ਉਹ ਤਾਂ ਰੈਪ ਰੋਟੀ ਦਾ ਵਾ ਉਹੀ ਗੱਲ ਕੋਈ ਉਹ ਭਾਜੀ ਉੱਥੇ ਲਾਉਣੀ ਯਾਰ ਉਹ ਯਾਰ ਇੱਥੇ ਕੀ ਗੱਲ ਆ ਐਂਡ ਤੇ ਗੱਡੀ ਕੌਣ ਲਾਉਂਦਾ ਯਾਰ ਦੇਖ ਸਾਰੇ ਲੱਗੀ ਨੇ ਕਿ ਯਾਰ ਉੱਥੇ ਕੀ ਗੱਲ ਆ ਤੇ ਇੱਥੇ ਕੀ ਗੱਲ ਆ ਇੱਥੇ ਅਸੂਲ ਦੇ ਨਾਲ ਗੱਡੀ ਲਾਉਣੀ ਉੱਥੇ ਤੋਂ ਜਾ ਕੇ ਫਸਾਉਣ ਡਿਆ ਗੱਡੀਆਂ 'ਚ ਅੱਗੇ ਕਿਤੇ ਅੱਲਾ ਮਾਫੀ ਤੇ ਤੁਸੀਂ ਟੈਂਟ ਲਾਉਣੇ ਆ ਉਹ ਭਾਜੀ ਹੁਣ ਕਿਸੇ ਤਰੀਕੇ ਨਾਲ ਗੱਡੀਆਂ ਲਾਉਣੀ ਆ ਸਟਾਲ ਹੋਣੇ ਕਿਹਾ ਉਹਨਾਂ ਦਾ ਗੱਡੀਆਂ ਵੀ ਟਾਈਮ ਨਾਲ ਸਾਈਡ ਤੇ ਲਵਾਉਣੀਆਂ ਵਾ ਤੇ ਟਾਈਮ ਵੀ ਨੋਟ ਕਰਨਾ ਕਿ ਕਿੰਨੇ ਆਏ ਆ ਤਰੀਕੇ ਨਾਲ ਵਜਦਾ ਲਾਉਣੀਆਂ ਜਾਂ ਦੱਸ ਦੇ ਇੱਥੇ ਨਹੀਂ ਲੱਗਣੀ ਇੰਜ ਤੁਸੀਂ ਸਟਾਰ ਦਾ ਡਰਦੇ ਜਣੇ ਇੱਥੇ ਲੰਮੇ ਪਾ ਲੈਣੀ ਗੱਡੀ ਮੈਂ ਅਰੇ ਹੋ ਯਾਰ ਮਿੱਠੇ ਉਹ ਲੰਮੇ
ਇੱਥੇ ਰੱਖ ਲੈ ਕਰਨ ਕੀ ਰਹੇ ਆ ਚਲੋ ਆਵੇ ਆਵੇ ਆ ਦੇਖੀ ਕਿਤੇ ਸੱਪ ਮਾਰ ਦੇ ਪਿੱਛੇ ਵੀ ਪਿੱਛੇ ਵੀ ਪਿੱਛੇ ਵੀ ਆ ਨਿਉਲਾ ਜਾ ਕੈਸਾ ਵਾ ਚਲੋ ਚਲੋ ਪਰੇ ਹੋ ਜਾ ਇਹਨੂੰ ਇੱਜ਼ਤ ਹੀ ਭੁੱਲ ਗਈ ਨਾ ਉਸਤਾਦ ਨਾ ਭਾਜੀ ਇਹਨੂੰ ਵੀ ਪਿੱਛੇ ਕਰ ਮਿੱਠੇ ਉਹ ਕਿਤੇ ਗੱਡੀ ਦਾ ਸਾਈਡ ਤੇ ਲਾ ਦੇਣਾ ਤੂੰ ਹੈ ਪੂਰਾ ਨਾਪ ਲੈਣ ਦੇ ਗੱਡੀ ਦਾ ਕਿਸੇ ਕਿਸਮ ਦੀ ਪੁੱਠੀ ਸਿੱਧੀ ਬਕਵਾਸ ਨਹੀਂ ਕਰਨੀ ਨਾ ਹੀਰੋ ਬਣ ਬਣ ਦਿਖਾਉਣਾ ਵਾ ਗੱਡੀ ਵੀ ਲਿਆ ਤਾਂ ਹੁਣ ਲੱਗਿਆ ਕਰਨੀ ਆ ਤੇ ਸਾਰਾ ਕੁਝ ਘਰੋਂ ਖਾ ਪੀ ਕਹਣਾ 7 ਵਜੇ ਦਾ ਟਾਈਮ ਜਿਹੜਾ ਬਿਲਕੁਲ ਡੈੱਡ ਬਾਲ ਹੋ ਗਿਆ ਮੈਂ 2 ਵਜੇ ਦਾ ਆਇਆ ਵਾ ਇਹਨੂੰ ਲੈਣ ਕੇ ਹੁਣ ਅਸੀਂ ਘਰੋਂ ਮੱਕੂਆਂ ਨੂੰ ਲੈ ਕੇ ਆਇਆ ਨੂੰ ਤੈਨੂੰ ਪਤਾ ਸੀ ਦਾ ਤੇ ਨਾ ਜਾਂਦੇ ਲੈਣ ਯਾਰ ਮੇਰੇ ਕੋ ਮੋਟਰਸਾਈਕਲ ਨਹੀਂ ਸੀ ਜਾਂ ਜਾਂਦੇ ਲੈਣ ਤੇ ਤੂੰ ਅੱਜ ਨਾ ਆਉਂਦਾ ਲੈ ਨਾ ਆਉਂਦਾ ਪਤਾ ਕਿੰਨੀਆਂ ਪੱਕੀਆਂ ਗੱਲਾਂ ਕਰਦਾ ਉਹ ਚਲ ਜਿੰਨੀਆਂ ਵੀ ਕਰਦਾ ਪਰ ਲਓ ਅੰਦਰ ਬੈਠੇ ਉਹਨੇ ਆ ਜਾਣਾ ਵਾ ਟਾਈਮ ਅਸੀਂ ਦੱਸ ਰਹੇ 9 ਵਜੇ ਤੇ ਗੱਡੀ ਇੱਥੇ ਖੜੀ ਕਰਨੀ ਕੱਲ ਤੋਂ ਗੱਡੀ ਉੱਥੇ ਅੱਗੇ ਨਾ ਜਾਵੇ ਚਲੋ ਚਾਬੀ ਕੱਢ ਲਈ ਨਾ ਜਿਹੜਾ ਝੂਠਾ ਮਾਟਾ ਕਰਦੇ ਹੁੰਦੇ ਨਾ ਨਿਕਲ ਜਾਂਦੇ ਪਿੱਛੋਂ ਇਹ ਤਾਂ ਸ਼ੋਅ ਸ਼ੁਰੂ ਹੁੰਦਾ ਆ ਤੁਸੀਂ ਆਪਣਾ ਕਿਤੇ ਘਰਾਂ 'ਚ ਰੋਟੀਆਂ ਲੈਣ ਚੱਲ ਜਾਂਦੇ ਨੇ ਗੱਡੀਆਂ ਤੇ ਆਪਣੀ ਗੱਡੀ ਵੀ ਲਵੋ ਕਿਤੇ ਫਿਰ ਹੈ ਚਲੋ ਸ਼ਾਬਾਸ਼ ਹੱਥ ਨਾ ਲਾਈਓ ਮੈਂ ਤੇ ਛੱਪੜ ਹੱਥ ਨਾ ਲਾਈਓ ਸੜਿਆ ਛੋਟਾ ਲਾ ਦਵਾਂ ਹੈ ਛੋਟਾ ਲਾ ਦਵਾਂ ਕੀ ਗੱਲ ਸ਼ਾਹ ਤਾਂ ਮੇਰੇ 'ਚ ਲੱਕੜ ਲਾਉਣ ਦੇ ਮੈਨੂੰ ਅੱਛਾ ਚੱਲ ਫਿਰ ਚੱਲ ਮੈਂ ਤੇ ਥੱਪੜ ਮਾਰਨਾ ਇਧਰੋਂ ਹੱਥ ਨਾ ਲਾਈ ਮਿੱਠਾ ਕਿਸ਼ਤਾਂ ਵਾਲਾ ਵਾ ਹੁਣ ਜਾਂਦਾ ਆ ਤੈਨੂੰ ਮੈਂ ਭੇਜਾਂ ਮਿੱਠਾ ਸੜਿਆ ਚਲਾ ਯਾਰ ਚਲਾ ਯਾਰ ਚਲੋ ਤੇਰੇ ਸਟicker ਲੱਥਣ ਡਏ ਉਹ ਜਾ ਕੰਮ ਕਰ ਜਾ ਕੇ ਡਾਡਾ ਸਾਹਿਬ ਭਾਈ ਉਹ ਡੋਨ ਇੰਬਲੀ ਉਹ ਦੋਵੇਂ ਤਿੰਨੇ ਜਣੇ ਰਲ ਕੇ ਭਾਈ ਨੇ ਉਹਨਾਂ ਨੂੰ ਗੱਡੀਆਂ ਤੇ ਕਿਹਾ ਮੇਰੇ ਨਾਲ ਵੀ ਬਦਤਮੀਜ਼ੀ ਕੀਤੀ ਉਹ ਫੈਸਲ ਭਾਈ ਸੀਨੀਅਰ ਆਰਟਿਸਟ ਉਹਨਾਂ ਦੀ ਲੱਤ ਦਾ ਮਸਲਾ ਉਹਦੇ ਨਾਲ ਵੀ ਕੀਤੀ ਕਿੰਨੇ ਉਹ ਤਿੰਨਾਂ ਨੇ ਰਲ ਕੇ ਕੌਣ ਉਹ ਇੱਧਰ ਕੌਣ ਪ੍ਰੀਤ ਛੱਡਣਾ ਨਹੀਂ ਲੈਂਦੀ ਰਹੀ ਤੂੰ ਹੈ ਕਾ ਉਹ ਤੇ ਲਈ ਚਵਲ ਵਾਰੀ ਆ ਛੱਡ ਓਏ ਕਿੱਥੇ ਆ ਉਹ ਇੱਕ ਮਿੰਟ ਇੱਧਰ ਆ ਇੱਧਰ ਆ ਹਟੋ ਇੱਕ ਮਿੰਟ ਬਾਅਦ ਨਾਲ ਇਹ ਵੀ ਇੱਕ ਮਿੰਟ ਇਹਨੂੰ ਦੱਸਣਾ ਇਹਨੂੰ ਬਦਮਾਸ਼ੀ ਤੁਸੀਂ ਸ਼ੁਰੂ ਕੀਤੀ ਆ ਹਾਂ ਬੋਲਦਾ ਨਹੀਂ ਇੱਕ ਮਿੰਟ ਕੀ ਆ ਹੈ ਉਹ ਬੋਲਦਾ ਨਹੀਂ ਉਹ ਟੀਨ ਪੈਕ ਬੋਲੂ ਬਸ ਇੱਥੇ ਗੱਡੀਆਂ ਲੱਗਣਗੀਆਂ ਫਸਲ ਗੱਡੀ ਲਾਉਣੀ ਤੂੰ ਇੱਥੇ ਬਦਤਮੀਜ਼ੀ ਕੀਤੀ ਉਹ ਸੀਨੀਅਰ ਭਾਈ ਦੀ ਸਬਰ ਕਰ ਸਬਰ ਕਰ ਬਸ ਮੇਰੀ ਬਾਤ ਜਿੰਨੀ ਛੇਤੀ ਹੋ ਸਕਦਾ ਈ ਇੱਥੋਂ ਆਪਣਾ ਕੂਚ ਕਰ ਜਾ ਨਹੀਂ ਤੇ ਹਾਂ ਤੂੰ ਹੀ ਹੋ ਮੇਰੀ ਬਾਤ ਗਈ ਮੇਰੀ ਬਾਤ ਮੈਂ ਤੇ ਤੇਰਾ ਸਾਹ ਪੀ ਜਾਗਾ ਮੈਂ ਤੇਰਾ ਗਾਹ ਪੀ ਜਾਗਾ ਨਜ਼ਰ ਨਹੀਂ ਲੈਣਾ ਚੁੱਪ ਚੁੱਪ ਫਰੀਦ ਇੱਕ ਛੋਟਾ ਜਿਹਾ ਕੰਮ ਕਰ ਦੇ ਮੇਰਾ ਤੇਰੀ ਬੜੀ ਮਿਹਰਬਾਨੀ ਸਾਨ ਹੋਏਗਾ ਹੀ ਤੇਰਾ ਹੁਕਮ ਲਾ ਫੈਸਲ ਡੌਨ ਨੂੰ ਫਾਇਰ ਮਰਵਾ ਦੇ ਜਾ ਮੈਂ ਜੇਲ੍ਹ 'ਚ ਤੈਨੂੰ ਰੋਟੀ ਦੇਣ ਆਊਂਗਾ ਤੈਨੂੰ ਤੇਰਾ ਵਾਲ ਨਹੀਂ ਕੋਈ ਸਿੱਧਾ ਕਰ ਸਕਦਾ ਉਹ ਇੱਕ ਛੋਟੀ ਜਿਹੀ ਗੋਲੀ ਲੱਭ ਜਿੱਦੀ ਗੋਲੀ ਮੈਨੂੰ ਮਰੇਗਾ ਹਾਂ ਇਹਨੂੰ ਮੈਂ ਛੱਡਣਾ ਨਹੀਂ ਮੇਰੀ ਲੱਤ ਦਿਖਾਈ ਲੈ ਯਾਰ ਯਾਰ ਕੰਦੂਆ ਕੰਦੂਆ ਲੱਭ ਇਹਨੂੰ ਕੰਦੂਆ ਨਗਾ ਦਿਓ ਤੇ ਮੇਰੀ ਲੱਤ ਦਿਖਾਈ ਯਾਰ ਤੇ ਫਰੀਦ ਨਾੜਾ ਪਾੜਨ ਵਾਲੀ ਗੱਲ ਕਰਨ ਦੇ ਆ ਕੰਦੂਆ ਉਹ ਬਸ ਉਹਦੇ ਨਾਲ ਇਮਲੀ ਦਾ ਪਤਾ ਕਰੋ ਆਓ ਬੜੀ ਹੋ ਗਈ ਉਹਦੇ